ਸੀਗਾ ਕਾਫੀ ਲੋਕ ਇੱਥੇ ਪੁੱਜੇ ਨੇ ਕੀ ਕਹਿਣਾ ਤੁਸੀਂ ਕਿੱਥੇ ਆਏ ਜੇ ਐਮ ਕੇ ਸਕੂਲ ਵੱਲੋਂ ਦੋ ਦਿਵਸੀ ਜਿਹੜਾ ਵਾਰਸ਼ਿਕ ਮੇਲਾ ਲਗਾਇਆ ਗਿਆ ਹੈ ਪ੍ਰਿੰਸੀਪਲ ਵਨੀਤਾ ਮਹਾਜਨ ਜੀ ਦੇ ਸਾਰੇ ਸਟਾਫ ਨੇ ਬੱਚਿਆਂ ਨੇ ਮਿਲ ਕੇ ਜਿਸ ਪ੍ਰਕਾਰ ਦਾ ਇਹਨੂੰ ਔਰਗੇਨਾਈਜ਼ ਕੀਤਾ ਹੈ ਸੈਲਫੀ ਪੁਆਇੰਟ ਬਣਾਏ ਨੇ ਬੱਚਿਆਂ ਦੇ ਖੇਲ ਖੇਲ 'ਚ ਬੱਚਿਆਂ ਦੀ ਤੰਦਰੁਸਤੀ ਬ੍ਰੇਨ ਦਾ ਵੀ ਕੰਮ ਇਕਾਗਰਤਾ ਕਿੰਨੀ ਹੈ ਉਹ ਸਾਰੀਆਂ ਚੀਜ਼ਾਂ ਦਰਸਾਈਆਂ ਗਈਆਂ ਔਰ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਵਨੀਤਾ ਮੈਡਮ ਤਾਂ ਵੈਸੇ ਹੀ ਗੁਣਾਂ ਦੀ ਖਾਨ ਨੇ ਇਹਨਾਂ ਦੇ ਨੇਤ੍ਰਿਤਵ 'ਚ ਜੇ ਐਮ ਕੇ ਸਕੂਲ ਨੇ ਬੜੀ ਤਰੱਕੀ ਵੀ ਕੀਤੀ ਹੈ ਔਰ ਇੱਕ ਜਿਹੜਾ ਪਰਿਵਾਰਿਕ ਮਾਹੌਲ ਇਸ ਸਕੂਲ 'ਚ ਆ ਕੇ ਮਿਲਦਾ ਹੈ ਟੀਚਰਾਂ ਦਾ ਇੱਕ ਦੂਜੇ ਦੇ ਨਾਲ ਜਿਹੜਾ ਸੰਬੰਧ ਹੈ ਉਹ ਵੀ ਪ੍ਰੇਰਨਾ ਦਿੰਦਾ ਔਰ ਬੱਚਿਆਂ ਦਾ ਚੌਮੁਖੀ ਵਿਕਾਸ ਹੁੰਦਾ ਅਤੇ ਮੈਨੂੰ ਇੱਥੇ ਆ ਕੇ ਬੜਾ ਅੱਛਾ ਲੱਗਾ ਮੈਂ ਤਾਂ ਜਦੋਂ ਮੈਡਮ ਦਾ ਹੁਕਮ ਹੁੰਦਾ ਮੈਂ ਤਾਂ ਆਉਣਾ ਹੀ ਹੈ ਮੈਂ ਅੱਜ ਵੀ ਇਹਨਾਂ ਨੂੰ ਪੁੱਛਿਆ ਸੀ ਕਿੰਨੇ ਵਜੇ ਆਵਾਂ ਇਹਨਾਂ ਨੇ ਕਿਹਾ 1 ਵਜੇ ਆ ਜਿਓ ਮੈਂ ਆ ਗਿਆ ਅਤੇ ਮੈਂ ਪ੍ਰਸੰਨਤਾ ਹੋਈ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਜਿਹੜੇ ਵਾਰਸ਼ਿਕ ਮੇਲੇ ਮੂਲੇ ਐਵੇਂ ਹੀ ਹੈ ਲੇਕਿਨ ਇਹਦੇ ਅੰਦਰ ਜਿਤਨੇ ਵੀ ਚੀਜ਼ ਹੈ ਚਾਹੇ ਉਹ ਲੱਕ ਦੇ ਨਾਂ ਦੇ ਉੱਤੇ ਰੱਖੀ ਹੈ ਹੁਣ ਰਿੰਗ ਡਾਲਣਾ ਹੈ ਇਕਾਗਰਤਾ ਚਾਹੀਦੀ ਹੈ ਸ਼ੂਟਿੰਗ ਕਰਨੀ ਹੈ ਇਕਾਗਰਤਾ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਖੇਲ ਖੇਲ ਦੇ ਮਾਧਿਅਮ ਦੇ ਨਾਲ ਮੇਲੇ ਦੇ ਮਾਧਿਅਮ ਦੇ ਨਾਲ ਬੱਚਿਆਂ ਨੂੰ ਆਕਰਸ਼ਿਤ ਵੀ ਕਰਦੀਆਂ ਔਰ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਅਤੇ ਮੈਂ ਸਕੂਲ ਦੀ ਸਾਰੀ ਮੈਨੇਜਮੈਂਟ ਦਾ ਬਹੁਤ ਧੰਨਵਾਦੀ ਹਾਂ ਅੱਜ ਮੈਂ ਜਿਹੜਾ ਦੋ ਦਿਵਸੀ ਵਾਰਸ਼ਿਕ ਮੇਲਾ ਲਗਾਇਆ ਇਹਦੇ ਵਾਸਤੇ ਸਾਰੀ ਜੇ ਐਮ ਕੇ ਦੀ ਮੈਨੇਜਮੈਂਟ ਟੀਮ ਨੂੰ ਸਪੈਸ਼ਲੀ ਜਿਹੜੇ ਸਾਡੇ ਇੱਥੋਂ ਦੇ ਪ੍ਰਿੰਸੀਪਲ ਵਨੀਤਾ ਮੈਡਮ ਜੀ ਹੈ ਮੇਰੇ ਵੱਡੇ ਸਿਸਟਰ ਹੈ ਉਹਨਾਂ ਦੇ ਸਾਰੇ ਸਟਾਫ ਦਾ ਬੜਾ ਬੜਾ ਆਭਾਰੀ ਹਾਂ ਅੱਜ ਸਾਡੇ ਵਿਧਾਇਕ ਅਸ਼ਵਨੀ ਸ਼ਰਮਾ ਜੀ ਮੁੱਖ ਅਤਿਥੀ ਦੇ ਰੂਪ ਦੇ ਵਿੱਚ ਇੱਥੇ ਆਏ ਅਸੀਂ ਸਾਰੇ ਉਹਨਾਂ ਦਾ ਸਵਾਗਤ ਕਰਦੇ ਹਾਂ ਨਾਲੇ ਬੜੇ ਬੜੇ ਆਭਾਰੀ ਹਾਂ ਮੈਡਮ ਸ਼ੁਰੂ ਤੋਂ ਹੀ ਬੜਾ ਸੀਰੀਅਸ ਐਫਰਟਸ ਬੜੇ ਅੱਛੇ ਐਫਰਟਸ ਅਤੇ ਬੜੇ ਪਰਿਵਾਰਿਕ ਅਤੇ ਸੰਸਕਾਰਿਕ ਐਫਰਟਸ ਹਮੇਸ਼ਾ ਕਰਦੇ ਰਹਿੰਦੇ ਬੱਚਿਆਂ ਵਾਸਤੇ ਬੜੇ ਫੈਮਿਲੀਅਰ ਹੈ ਉਹਨਾਂ ਦੀ ਛਤਰਛਾਇਆ ਦੇ ਵਿੱਚ ਉਹਨਾਂ ਦੇ ਜਿਹੜਾ ਮੈਨੇਜਮੈਂਟ ਕਮੇਟੀ ਹੈ ਉਹਦੀ ਛਤਰਛਾਇਆ ਦੇ ਵਿੱਚ ਜੇ ਐਮ ਕੇ ਸਕੂਲ ਦਿਨ ਦੁੱਗਣੀ ਰਾਤ ਚੌਗਣੀ ਉੱਨਤੀ ਕਰ ਰਿਹਾ ਮੈਂ ਭਗਵਾਨ ਰਾਮ ਅੱਗੇ ਦੁਆ ਕਰਾਂਗਾ ਇਹ ਜੇ ਐਮ ਕੇ ਸਕੂਲ ਹੋਰ ਦਿਨ ਬਾਏ ਦਿਨ ਤਰੱਕੀ ਕਰੇ ਜੈ ਸ਼੍ਰੀ ਰਾਮ ਸਭ ਤੋਂ ਪਹਿਲੇ ਤਾਂ ਮੈਂ ਹਮਾਰੇ ਐਮ ਐਲ ਏ ਸ਼੍ਰੀ ਅਸ਼ਵਨੀ ਸ਼ਰਮਾ ਜੀ ਕਾ ਧੰਨਵਾਦ ਦੇਤੀ ਹੂੰ ਉਹਨਾਂ ਨੇ ਬਹੁਤ ਸ਼ੋਰਟ ਨੋਟਿਸ ਪੇ ਮੇਰਾ ਇਹ ਆਮੇਦਨ ਸਵੀਕਾਰ ਕੀਆ ਯੋਗੇਸ਼ ਠਾਕੁਰ ਜੀ ਕਾ ਜਿਨ੍ਹਾਂ ਨੇ ਯਹਾਂ ਪਰ ਆ ਕੇ ਹਮਾਰਾ ਮੋਰਲ ਬੂਸਟ ਕੀਆ ਇਹ ਮੇਲੇ ਹਮ ਲੋਕ ਕਰਤੇ ਰਹਤੇ ਹੈ ਇਸਕਾ ਬੇਸਿਕ ਉਦੇਸ਼ ਇਹ ਹੈ ਕਿ ਹਮਾਰੇ ਬੱਚਿਓ ਕਾ ਸਰਵਾਂਗੀਣ ਵਿਕਾਸ ਹੋ ਐਸਾ ਵਿਕਾਸ ਜਿਸ ਮੇ ਉਹ ਪੜ੍ਹਾਈ ਕੇ ਸਾਥ ਸਾਥ ਖੇਲ ਕੂਦ ਉਸਕੇ ਸਾਥ ਆਯੋਜਨ ਕੈਸੇ ਕੀਏ ਜਾਤੇ ਹੈ ਕਿਸ ਤਰ੍ਹਾਂ ਸੇ ਬੱਚੋਂ ਕੋ ਉਨਕੀ ਸ਼ਿਕਸ਼ਾ ਜੋ ਹੈ ਵੋ ਇਨ ਸਾਰੇ ਕਾਮੋ ਮੇ ਯੂਜ਼ ਹੋਤੀ ਹੈ ਇਹ ਹਮ ਸਿਖਾਤੇ ਹੈ ਔਰ ਆਜ ਭਗਵਾਨ ਕੀ ਦਇਆ ਸੇ ਮੌਸਮ ਬਹੁਤ ਅੱਛਾ ਹੈ ਮਾਤਾ ਰਾਨੀ ਨੇ ਹਮਾਰਾ ਸਾਥ ਦਿਆ ਹੈ ਭਗਵਾਨ ਰਾਮ ਜੀ ਕਾ ਆਸ਼ੀਰਵਾਦ ਵੀ ਹੈ ਮੈਂ ਧੰਨਵਾਦ ਦੇਣਾ ਚਾਹਤੀ ਹੂੰ ਸਾਰੀ ਪਬਲਿਕ ਕਾ ਜਿਨ੍ਹਾਂ ਨੇ ਇਤਨਾ ਸਾਰਾ ਪਿਆਰ ਆਜ ਸੰਡੇ ਕੋ ਯਹਾਂ ਪਰ ਆ ਕੇ ਦਿਆ ਛੁੱਟੀ ਕਾ ਦਿਨ ਹੈ ਸਭ ਲੋਕ ਬਹੁਤ ਇੰਜੋਏ ਕਰ ਰਹੇ ਹੈ ਬਹੁਤ ਡਾਂਸ ਕੀਆ ਥੈਂਕ ਯੂ ਸਪੈਸ਼ਲੀ ਸਾਰੇ ਮੀਡੀਆ ਰਿਪੋਰਟਰਸ ਕਾ ਜਿਨ੍ਹਾਂ ਨੇ ਇਤਨੀ ਅੱਛੀ ਕਵਰੇਜ ਕੀ ਸਾਥ ਸਾਥ ਮੈਂ ਇਹ ਵੀ ਬਤਾਨਾ ਚਾਹੂੰਗੀ ਕਿ ਹਮ ਲੋਕ ਇੱਕ ਨਯਾ ਪ੍ਰੀ ਸਕੂਲ ਖੋਲ ਰਹੇ ਹੈ ਅਬਰੋਲ ਨਗਰ ਮੇ ਇਸ ਪ੍ਰੀ ਸਕੂਲ ਕੀ ਖਾਸੀਅਤ ਇਹ ਹੋਗੀ ਕਿ ਇੱਕ ਵਰਲਡ ਕਲਾਸ ਪ੍ਰੀ ਸਕੂਲ ਹੋਗਾ ਜਹਾਂ ਪਰ ਬੱਚੋਂ ਕੋ ਹਰ ਤਰ੍ਹਾਂ ਕੀ ਸੁਵਿਧਾ ਮੁਹੱਈਆ ਕਰਾਈ ਜਾਏਗੀ ਤੋ ਐਸੇ ਪ੍ਰੀ ਸਕੂਲ ਕੇ ਲੀਏ ਆਪ ਲੋਕ ਜ਼ਰੂਰ ਵਹਾਂ ਪਰ ਜਾ ਕਰ ਵਿਜ਼ਿਟ ਕਰੇ ਦੇਖੇ ਕਿ ਜੇ ਐਮ ਕੇ ਕੀ ਵਿਰਾਸਤ ਕੈਸੇ